ਸਾਲਿਆ ਮੈਂ ਕਟਾ ਮਾਰ ਦਿੱਤਾ ਤੂੰ ਕਹਿੰਦੇ ਹੋਰ ਲੈ ਆ ਸਾਹ ਨਹੀਂ ਆਉਣਾ ਤੈਨੂੰ ਕੁਕੜੀ ਦੇ ਮੂੰਹ ਵਾਲਿਆ ਆਪਣੇ ਸ਼ਹਿਰ ਦਾ ਬੋਰਡਿੰਗ ਕਾਰਡ ਬਣਾ ਲਿਆ ਤੂੰ ਇਹ ਵੇਖ ਕਿੰਨਾ ਫਿਰੇ ਨੇ ਇਹਨਾਂ ਦਾ ਐਕਸੀਡੈਂਟ ਨਹੀਂ ਹੋਇਆ ਅਸੀਂ ਪੈਦਲ ਫਿਰਦੇ ਨੇ ਪਾਰਟੀਆਂ ਨਾਸ ਵਾਲੇ ਗਰੀਬਾਂ ਪਰੇ ਹੋ ਕੇ ਖੜੋ ਰੋ ਜਾ ਓਏ ਓਏ ਪਰਜਾਈ ਦੇ ਕੋਲ ਨਾ ਜਾ ਐਕਸਕਿਊਜ਼ ਮੀ ਪਲੀਜ਼ ਯਹਾਂ ਸੇ ਦਫਾ ਹੋ ਜਾ ਇੱਧਰ ਆ ਜਾ ਡਰਾਈਵਰਾਂ ਦੇ ਮੂੰਹ ਵਾਲੇ ਆ ਓਏ ਓ ਕਾਤਲਾ ਕੀਪ ਡਿਸਟੈਂਸ ਪਲੀਜ਼ ਕੋਈ ਹਯਾ ਕਰ ਕੋਈ ਹਯਾ ਕਰ ਆਖਰ ਮੈਂ ਤੇਰਾ ਵੱਡਾ ਬੰਦਾ ਹਾਂ ਓਏ ਵੱਡਾ ਪੁੱਤਰ ਹੁੰਦਾ ਵੱਡਾ ਬੰਦਾ ਨਹੀਂ ਹੁੰਦਾ ਕਿੰਨੀ ਸੋਹਣੀ ਲੱਗਦੀ ਏ ਪਤਲੋ ਜਈ ਕੋਠੀ ਬਣਾ ਤੀ ਦਰਵਾਜ਼ੇ ਚੱਲ ਦਰਵਾਜ਼ੇ ਤੋਂ ਆਮ ਦਵਾਲਾ ਕਿੱਥੇ ਦਮੋਰੀਆ ਪੁੱਲ ਦੇ ਥੱਲੇ 40 ਲੱਖ ਰੁਪਏ ਮੈਂ ਬਾਥਰੂਮ ਤੇ ਲਵਾਣਾ 40 ਲੱਖ ਬਾਥਰੂਮ ਤੇ ਲਾਣਾ ਉੱਥੇ ਬਰਗਰ ਲਾਉਣਾ ਤੇ ਗਾਂਧੀ ਪਾਉਣਾ 10 ਲੱਖ ਦਾ ਖਾਲੀ ਪੱਖਾ ਲੱਗੇ 10 ਲੱਖ ਦਾ ਪੱਖਾ ਬੰਦਾ ਵੜਦੀਆਂ ਠੰਡਾ ਕਰਦੀ ਹੈ ਹੈ ਘਟਾ ਲਾ 10 ਲੱਖ ਦਾ ਪੱਖਾ ਲਵਾਣ ਲਈ ਬੇਵਕੂਫੇ 32000 ਦਾ ਏਸੀ ਲਵਾ ਲੈ ਏਸੀ ਮਸਰੂਮ ਵਿੱਚ ਸਾਈਪਰ ਲੱਗੇ ਪੱਖੇ ਨਾਲ ਏਸੀ ਦਾ ਭਾਈ ਰੌਲਾ ਪਾਈਦਾ ਏਸੀ ਦਾ ਜੀ ਉਸ ਵੇਲੇ ਉੱਠ ਕੇ ਫਿਰ ਕਹਿੰਦੇ ਨੇ ਏਸੀ ਓ ਜੀ ਓਏ ਤੂੰ ਤਾਂ ਖਾਲੀ ਨਾ ਕਰ ਉਹਨੂੰ ਪਤਾ ਨਾ ਅੱਗੇ ਵਿਆਹ ਬੈਠਾ ਹੁਣ ਪਛਤਾਉਣ ਡਿਆ ਜੀ ਜਿਹੜਾ ਵੀਡੀਓ ਬਣਾਈ ਸੀ ਸਕੀਲ ਦੇ ਵੀਡੀਓ ਬਣਾਈ ਸੀ ਮੇਰੇ ਵਿਆਹ ਇਹ ਆ ਜਿਹੜੀਆਂ ਤਸਵੀਰਾਂ ਹਸਨ ਕੋ ਖਿਚਾਈਆਂ ਉਹਦਾ ਕੌਣ ਜ਼ਿੰਮੇਦਾਰ ਹੈ ਨਾ ਖਰਾਬ 20 ਰੁਪਏ ਲੈ ਕੇ ਮਸ਼ਹੂਰੀਆਂ ਕਰੀ ਜਾ ਤੂੰ ਚੁੱਕੀ ਯਾਰ ਉਹਦੀ ਇੰਨੀ ਸੋਹਣੀ ਲੱਗਦੀ ਏ ਪਤਲੋ ਆਹਾ ਕੁੜੀ ਲਾਹੌਰ ਦੀ ਸਾਈਕਲਾਂ ਸਾਰੀਆਂ ਫੈਸਲਾ ਬਾਦੀਆਂ ਉਹਨੂੰ ਕਿਹਨੇ ਨੂੰ ਇਹ ਧੋਖਾ ਤਿੰਨਾਂ ਨੇ ਫੈਸਲਾ ਬਾਦ ਰਲ ਕੇ ਤੇ ਘੇਰੀ ਤੇ ਹੈ ਨਾ ਮੇਰਾ ਪਿਓ ਕਿਹੜਾ ਸਾਲਿਆ ਗੁਜਰਾਂ ਨੇ ਦਿਲ ਦਾ ਡਾਕਟਰ ਸੀ ਉਹ ਵੀ ਤੇ ਉਥੇ ਸਹਿਰੀ ਵੇਲੇ ਫਾੜਕ ਹੀ ਬੰਦ ਕਰਦਾ ਇੱਕ ਵਾਰੀ ਉਹਨੂੰ ਜ਼ੋਰ ਤੇ ਫਾੜਕ ਪਾ ਦਿੱਤਾ ਤਾਂ ਮੂੰਹ ਆ ਗਿਆ ਉਦੋਂ ਦਾ ਫੀਨਾ ਹੋਇਆ ਗਰਮੀ ਖਾ ਗਿਆ ਲੈ ਵੇ ਕੁੜੀ ਇੱਕ ਤੇ ਮੁੰਡੇ ਤਿੰਨ ਪਾ ਲਓ ਭਾਈਓ 300 ਅਗਲਾ ਬਣਾ ਰਸਤੇ ਓਏ ਮਾਸ਼ਾਅੱਲਾ ਕੁੜੀ ਇੱਕ ਤੇ ਮੁੰਡੇ 4 ਆ ਗਿਆ ਤੁਹਾਡੀ ਮਾਂ ਦਾ ਹਾਂਜੀ ਜੀ ਭਾਜੀ ਆਓ ਭਾਜੀ ਅੱਛਾ ਮੈਨੂੰ ਪਹਿਲੇ ਦੱਸਣਾ ਸੀ ਹੁਣ ਪਤਾ ਕੀ ਕਹਿ ਰਿਹਾ ਉਹ ਕਹਿੰਦੇ ਜਿਹੜਾ ਤੂੰ ਸੁਰਾਖ ਵੇਖਿਆ ਸੀ ਉਹ ਦਿਲ ਦਾ ਨਹੀਂ ਸੀ ਉਹ ਕਿੰਨੀ ਸੋਹਣੀ ਲੱਗਦੀ ਨਾਰਾ ਨਾਰਾ ਭਾਜੀ ਨਾਰਾ ਆਹ ਉਹ ਗੱਲ ਸੁਣ ਉਰਲੀ ਫਸਾਵਾਂਗੇ ਪਰਲੀ ਪਰਲੀ ਫਸਾ ਲਾ ਉਹਨੇ ਨੂੰ ਤਾਂ ਮੈਂ 200 ਦੇ ਦਿਆਂ ਸਲਾਮੀ ਦਿਓ ਜੋ ਜੋ ਦੇਣਾ ਜੀ ਆ ਮੇਰੇ ਨੂੰ ਜੀ ਲੈਣ ਦੇਣ ਵਾਲੀ ਗੱਲ ਕਰੋ 5000 ਰੁਪਿਆ ਕਿਹਨੇ ਦੇਣਾ ਇਹਨਾਂ ਦੇ ਤੇਰੇ ਪਹਿਲੇ ਵਿਆਹ ਤੇ ਕਿਸੇ ਨੇ ਨਹੀਂ ਦਿੱਤਾ ਰੁਪਈਆ ਦੇਵਾਂਗੇ 300 ਤੇ ਸੁਹਾਗ ਰਾਤ ਹੋਏਗੀ ਤੂੜੀ ਵਾਲੇ ਕਮਰੇ ਚ ਮੇਨ ਫੋਟੋ ਲੱਗੇਗੀ ਇਕੱਠੇ ਦੀ ਚਲੋ ਅੱਜ ਅੰਦਰ ਜਾ ਰਹੇ ਹਾਂ 5000
ਮਾਮਾ ਤੇ ਤੂੰ ਕਿਹੜਾ ਨਿਊ ਜਰਸੀ ਰਹਿਣਾ ਹੈ ਨਵੀਂ ਜਰਸੀ ਤੇ ਪਾਣਾ ਨਾ ਚਲੋ ਅੱਜ ਸਵਾਗਤ ਆ ਤਾਂ ਡੇਢ ਵਜੇ ਦੇ ਕਰਕੇ 3 ਵਜੇ ਦੇ ਆ ਆ ਅੰਦਰ ਜਾ ਜਾ ਮਾਨ ਅੰਦਰ ਪੂਰਾ ਨਾ ਸੋਹਣੀ ਸਾਰਾ ਪੂਰਾ ਓਏ ਪਰਜਾਈ ਦਾ ਖਿਆਲ ਕਰ ਅੱਗੇ ਹੋ ਜਾ ਖਿਆਲ ਕਰੋ ਮਿੱਟੀ ਖਾਂਦੀ ਆ ਭਾਈ ਤੁਹਾਨੂੰ ਮੁਬਾਰਕ ਹੋਵੇ ਤੇ ਤੁਹਾਡੇ ਨਾਲ ਆਰਾਮ ਨਾਲ ਬੈ ਕੇ ਅਫਸੋਸ ਕਰਨੇ ਇਹ ਆਪਣਾ ਕੀ ਸਵਾਗਤ ਜੋ ਮਰਜ਼ੀ ਕਰੀ ਤੇਰੀ ਅੰਦਰ ਫੋਟੋ ਲੱਗੀ ਉਹ ਮੂਧੀ ਕਰਦੀ ਦੱਸੋ ਕੀ ਹਾਲਾਤ ਹੋ ਗਏ ਨੇ ਓਏ ਹੁਣ ਫੋਟੋ ਵੀ ਮੂਧੀ ਹੋ ਜਾਂਦੀ ਕਿੰਨੀ ਸੋਹਣੀ ਲੱਗਦੀ ਏ ਫੋਟੋ ਮੂਧੀ ਜਿਹੜੀ ਘਬਰਾਉਣਾ ਨਹੀਂ ਘਬਰਾਉਣਾ ਹੀ ਨਹੀਂ ਹੋ ਜਾਂਦੇ ਘਰਾਂ ਵਿੱਚ ਮਸਲੇ ਹੋ ਜਾਂਦੇ ਘਬਰਾਉਣਾ ਨਹੀਂ ਦੁਆ ਹੀ ਬਚਾ ਸਕਦਾ ਹੋਰ ਇਸਦਾ ਕੋਈ ਹਾਲ ਨੱਟ ਚਾਹੀਦੇ ਵੱਡੇ ਟਰਾਲੇ ਦੇ ਕੀ ਹੋਇਆ ਜੋ ਕੁਛ ਮਰਜ਼ੀ ਕਰੀ ਉਹਦੇ ਕੋਆਰਡੀਨੇਸ਼ਨ ਨਾ ਕਰੀ ਮੈਂ ਤੁਹਾਨੂੰ ਕੋਆਰਡੀਨੇਸ਼ਨ ਨਾ ਕਰੀ ਪਹਿਲਾਂ ਠੇਕੇਦਾਰ ਹੈ ਨਾ ਬਸ ਸੁਣਿਆ ਦੁਆ ਹੀ ਬਚਾ ਅੰਦਰ ਬਹਿ ਕੇ ਤੁਸੀਂ ਗਰਾਰੇ ਕਰ ਲਓ ਨਾ ਯਾਰ ਜਿਆਦੀ ਚੱਕਦੇ ਬੈਠਾ ਜੇ ਕੀ ਹੋਇਆ ਕੀ ਅੰਦਰ ਲਾਈਟ ਬੰਦ ਏ ਕੋਈ ਸ਼ਾਇਦ ਨਜ਼ਰ ਨਹੀਂ ਆ ਰਹੀ ਦੁਆ ਕਰੋ ਲਾਈਟ ਬੜੇ ਨਾ ਲਾਈਟ ਬੰਦ ਏ ਤਮੀਜ਼ ਨਾ ਗੱਲ ਕਰ ਤੂੰ ਪੈਦਲ ਅੱਜ ਕੀਤਾ ਆਰਾਮ ਨਾਲ ਸ਼ੋਖੀ ਨਾ ਕਰ ਸਮਝਾ ਆਪਣੀ ਭੈਣ ਨੂੰ ਸਮਝਾ ਪਿੰਡ ਮਸ਼ਹੂਰ ਹੁੰਦੀਆਂ ਬਈ ਸ਼ੁਕਰਾ ਲੱਤ ਚ ਲੱਤ ਪਾ ਕੇ ਕੜਾਕਾ ਬਹੁਤ ਅੱਛਾ ਕੱਢਦੀ ਜੇ ਤੈਨੂੰ ਸ਼ੁਕਰਾਂ ਕੇ ਘਰ ਵਾਲਾ ਆਪਣਾ ਗੱਲ ਸੁਣ ਨਾ ਮੈਡਮ ਫਿਰ ਅੰਦਰ ਆਉਣਾ ਛੋਟੀ ਕਹਿੰਦੀ ਮੈਨੂੰ ਕੋਈ ਸਮਝ ਨਹੀਂ ਆਉਣ ਦੀ ਕਹਿੰਦਾ ਛੋਟੀ ਕਹਿੰਦੀ ਸਮਝ ਲਓ ਛੋਟੀ ਬਹੁਤੀ ਤੇਜ਼ ਹੀ ਸਾਲਿਆ ਇਹ ਤੇ ਵਿਚਾਰੀ ਭੋਲੀ ਪਹਿਲੇ 4-5 ਸਾਲ ਸਮਝ ਨਹੀਂ ਆਈ ਇਹਨੂੰ
ਅਜਾਇਬ ਹੈ ਜੇ ਅਗਰ ਨਰਗਸੀ ਲੈ ਲੈ ਆ ਗਏ ਨਾ ਹਾਂ ਤੇ ਲੋਕਾਂ ਨੇ ਛੁਰੀ ਤੇ ਨਹੀਂ ਫੇਰਨੀ ਹਾਂ ਲੈ ਲੈਣਗੇ ਚੁਮੀ ਛੁਮੀ ਲਾ ਕੇ ਛੱਡ ਦੇਣਾ ਹਰ ਲੈ ਲੈ ਦੇ ਢਿੱਡ ਤੇ ਨਰਗਸ ਦੀ ਫੋਟੋ ਬਣੀ ਕੁਰਬਾਨੀ ਹਰਾਮ ਹੋ ਜਣੀ ਭਾਗਾ ਵਾਲੀ ਹੈ ਭਾਗਾ ਵਾਲੀ ਹੈ ਨਰਗਸ ਉਹ ਦੋ ਜਲੇਬੀਆਂ ਦਾ ਕੋਈ ਅਸਰ ਹੈ ਕਿ ਰੌਲਾ ਹੀ ਆ ਅਸਰ ਹੈ ਜੀ ਇਹਨੂੰ ਖਵਾ ਦਿਓ ਤੇ ਮੈਨੂੰ ਪੁੱਛਣ ਦੇ ਮੈਂ ਤੇਰੀ ਭੈਣ ਆ ਇਹਨੂੰ ਭੈਣ ਨਹੀਂ ਬਣਾਉਣਾ ਰਕਸ਼ੇ ਤੇ ਚੱਲ ਜਾਣਾ ਗੱਡੀ ਨਹੀਂ ਲੈਣੀ ਨਾ ਬਾਤ ਤੇ ਦਮ ਹੈ ਹਾਂ ਬੜਾ ਨਾ ਮਰਾ ਲੋ ਕੀ ਪਤਾ ਵੇ ਭਾਗਾ ਵਾਲੀ ਬੱਚੀ ਭਾਗਾ ਵਾਲੀ ਮੁਸੀਬਾ ਵਾਲੀ ਲੈ ਜਾਓ ਭਾਗਾ ਵਾਲੀ ਏਡੀ ਚੰਗੀ ਹਾਂ ਇੱਕ ਮਹੀਨਾ ਇੱਕ ਸੁਨਿਆਰੇ ਦੇ ਲਾਇਕ ਅੱਛਾ ਔਰ ਆਪਣੀ ਦੁਕਾਨ ਅੱਗੇ ਖਲੋ ਕੇ ਰਹੀ ਸੀ ਇੱਥੇ ਮੇਰੀ ਦੁਕਾਨ ਹੁੰਦੀ ਸੀ ਉਹ ਮੈਂ ਕਿਹਾ ਸੁਨਿਆਰੇ ਪਾਗਲ ਹੋ ਗਏ ਕਹਿੰਦਾ ਆਹੋ ਉਹ ਮੈਂ ਕਿਹਾ ਪਾਗਲ ਹੋਇਆ ਕਿਵੇਂ ਕਹਿੰਦਾ ਬਸ ਅਗਲੀਆਂ ਲੈਣਾਂ 'ਚ ਬਹਿ ਕੇ ਡਰਾਮਾ ਵੇਖ ਰਿਹਾ ਹੁੰਦਾ ਸਰ ਉਹ ਭਾਈ ਨਾਲ ਦੇ ਨੂੰ ਕੌਣੀ ਮਾਰ ਕੇ ਕਹਿੰਦਾ ਕੰਜਾ ਸਾਨੂੰ ਹੀ ਪੈ ਗਏ ਮੇਰੇ ਚਾਲੂ ਪਾ ਦਿਓ ਸਿੱਧਾ ਹੋ ਜਾ ਕਿਸੇ ਨੇ ਨਹੀਂ ਆਉਣਾ ਮੇਰਾ ਵੀ ਟੈਸਟ ਹੋਏਗਾ ਆ ਜਾ ਮੈਂ ਅੰਦਰ ਇੱਕ ਨਿੱਕੀ ਜਿਹੀ ਲਿਬਾਸ ਵੀ ਬਣਾਈ ਹੋਈ ਇੱਥੇ ਚੌਂਕ ਵਿੱਚ ਚਾਰਾਂ ਦਾ ਟੈਸਟ ਹੋਏਗਾ ਜਿਹੜਾ ਪਾਸ ਹੋਏਗਾ ਮੈਂ ਉਹਦੇ ਨਾਲ ਵਿਆਹ ਕਰਾਂਗੀ ਤਾਰੇ ਚੋਂ ਸਿਆਣਾ ਜਿਹੜਾ ਹੱਥ ਕਰਾਂਗਾ ਮੈਂ ਸਿਆਣਾ ਤੂੰ ਮਾਂ ਤੇ ਚੋਰੀ ਜਮੇ ਮੈਂ ਸਿਆਣਾ ਜੀ ਠੀਕ ਹੈ ਚਲੋ ਜੀ ਇੱਕੋ ਸਾਂਝ ਕਹਿ ਚਿੱਟਾ ਡੱਡੂ ਟੋਇਆ ਟੱਪੇ ਟੱਪ ਚਿੱਟੇ ਡੱਡੂ ਆ ਚਿੱਟਾ ਡੱਡੂ ਤੇ ਆਉਂਦਾ ਨਹੀਂ ਕਸਮੈੜਾ ਜਿਹਾ ਹੁੰਦਾ ਸਿਆਣਾ ਬਣਿਆ ਸਾਰਾ ਓਏ ਹੁੰਦਾ ਚਿੱਟਾ ਹੀ ਟੱਪ ਟੱਪ ਕਸਮੈੜਾ ਹੋ ਗਿਆ ਹੁੰਦਾ ਚਿੱਟਾ ਡੱਡੂ ਟੋਇਆ ਟੱਪੇ ਟੱਪ ਚਿੱਟੇ ਡੱਡੂਆ ਇੱਕ ਡੱਡੂ ਟੋਇਆ ਟੱਪੇ ਦੂਜਾ ਬਾਰ ਸੜਦਾ ਮਿਹਰਬਾਨੀ ਕਰਦੀ ਗੋਹਾ ਚੁੱਕਣ ਵਾਲੀ ਆਉਂਦੀ ਹੈ ਬੱਚੀ ਇਸ ਗੱਲ ਤੋਂ ਘਬਰਾਇਆ ਕਰ ਕਿਸ
ਸਾਰੇ ਤੈਨੂੰ ਪਿਆ ਕਰੇ ਬੇਵਕੂਫੇ ਪਿੰਗਾਂ ਬੋਰਡ ਤੇ ਦਰਖਤ ਤੇ ਪੈਂਦੀਆਂ ਨੇ ਅਜਾ ਕੰਮ ਕਰ ਮੈਂ ਇੱਥੇ ਨਾ ਕੋਈ ਯਾਰ ਇਸ ਗੱਲ ਬੰਦ ਕਰੋ ਨਾ ਜਵਾਬ ਦਿਓ ਅੱਛਾ ਜੀ ਮੈਂ ਚੈੱਕ ਕਰ ਰਿਹਾ ਕਿੰਨੇ ਕੁ ਜ਼ਹੀਨ ਹੋ ਤਾਂ ਕਿ ਮੈਂ ਵਿਆਹ ਕਰਨਾ ਫੈਸਲਾ ਕਰ ਲਿਆ ਮੈਂ ਕੋਈ ਆਮ ਪੜਿਆ ਲਿਖਿਆ ਬੰਦਾ ਨਹੀਂ ਹੈਗਾ ਹਾਂ ਆ ਕੋਲੰਬੀਆ ਯੂਨੀਵਰਸਿਟੀ ਤੋਂ ਮੈਂ 5 ਪੜਿਆ ਤੇਰੇ ਬੱਕਰਾ ਹੀ ਆਪਣਾ ਹਾਂ ਚਲੋ ਸਵਾਲ ਦਾ ਜਵਾਬ ਦੇ ਕਿ ਹਾਥੀ ਦਾ ਅੰਡਾ ਕਿੰਨਾ ਵੱਡਾ ਹੁੰਦਾ ਮੇਰੇ ਤੋਂ 2 ਸਾਲ ਤੂੰ ਦੱਸ ਵੀ ਹਾਥੀ ਦਾ ਅੰਡਾ ਕਿੰਨਾ ਵੱਡਾ ਹੁੰਦਾ ਹਾਥੀ ਦਾ ਅੰਡਾ ਹੁੰਦਾ ਹੀ ਪੁੱਛੋ ਕਿਉਂ ਇਹ ਪੁੱਛੋ ਕਿਉਂ ਢੇਡੀ ਉੱਚੀ ਕੌਣ ਚੜੇ ਕਿਹੜਾ ਮਾਂ ਪੌੜੀ ਆ ਕੇ ਅੰਡਾ ਦੇ ਦੇ ਤੂੰ ਦੱਸ ਵੀ ਹਾਥੀ ਦਾ ਅੰਡਾ ਕਿੰਨਾ ਵੱਡਾ ਹੁੰਦਾ ਇਹ ਸੋਚ ਰਿਹਾ ਵੀ ਹਾਥੀ ਦਾ ਅੰਡਾ ਹੋਵੇ ਤੇ ਫਰਾਈ ਕੱਚ ਕਰਾਂਗੇ ਤੂੰ ਦੱਸ ਹਾਥੀ ਦਾ ਅੰਡਾ ਕਿੰਨਾ ਵੱਡਾ ਮੈਂ ਹਾਥੀ ਕੋਲ ਪੁੱਛਿਆ ਕਹਿੰਦਾ ਪੁੱਤਰ ਚੁੱਪ ਕੀ ਕਰ ਜਾ ਜਿਵੇਂ ਮੈਂ ਤੈਨਾਂ ਮੈਂ ਜਾਣਦਾ ਜਾਂ ਮੇਰਾ ਅੰਡਾ ਹੁਣ ਤੈਨੂੰ ਮੈਂ ਸਾਬਤ ਕਰਾਂ ਜ਼ਹੀਨ ਕੌਣ ਹੈ ਹਾਥੀ ਨਾ ਅੰਡੇ ਦਿੰਦਾ ਨਾ ਬੱਚੇ ਹੱਥ ਨਹੀਂ ਦਿੰਦੀ ਆਪਣੇ ਹਾਥੀ ਦੇ ਅੰਡੇ ਨਹੀਂ ਉਹਨੇ ਬੱਚੇ ਹੁੰਦੇ ਇੱਕ ਸਵਾਲ ਦਾ ਜਵਾਬ ਦਿਓ 1 ਕਿਲੋ ਰੋਈ 1 ਕਿਲੋ ਲੋਹਾ ਵਜ਼ਨ ਕਿੰਨਾ ਜ਼ਿਆਦਾ ਹੈ ਰੋਈ ਦਾ ਲੋਹੇ ਦਾ ਰੋਈ ਦਾ ਲੋਹੇ ਦਾ ਸਾਰੇ ਜਿਹੜੀ ਸ਼ੈ ਕੰਮ ਦੀ ਹੋਵੇ ਉਹਦਾ ਵਜ਼ਨ ਹੁੰਦਾ ਹੈ ਲੋਹਾ ਕੀ ਕਰਨਾ ਹੀ ਲੋਹਾ ਡੁੱਬ ਜਾਂਦਾ ਰੂੰ ਡੁੱਬਦੀ ਨਹੀਂ ਦੋਵੇਂ ਬੜੇ ਸਿਆਣੇ ਹੈਗੇ ਸਾਲਿਆਂ ਨੇ ਗੱਲ ਗੋੜ ਕੀਤੀ ਕਹਿੰਦੀ ਕਿਲੋ ਰੋਈ ਤੇ ਕਿਲੋ ਲੋਹਾ ਤੇ ਬਰਾਬਰ ਨਾ ਹੋਏ ਮੈਂ ਉੱਥੇ ਨਹੀਂ ਸੀ ਆਏਗਾ ਚਲੋ ਜੀ ਇੱਕ ਪਹਿਲੀ ਪੁੱਛ ਅੱਛਾ ਇੱਕ ਬੰਦਾ ਹੈ ਇੱਕ ਬੰਦਾ ਇਹਦੇ ਮੂੰਹ ਇੱਕ ਬੰਦਾ ਕਿੱਡਾ ਭੈੜਾ ਲੱਗੇ ਇੱਕ ਬੰਦਾ ਹੈ ਇੱਕ ਬੰਦਾ ਹੈ ਅੱਛਾ ਇੱਕ ਜਿਹੜਾ ਯਾਦ ਰਿਹਾ ਯਾਦ ਕੋਲਾਂ ਨੂੰ ਦੇਖ ਪਤਾ ਯਾਦ ਨਹੀਂ ਰਹਿੰਦਾ ਤੈਨੂੰ ਯਾਦ ਹੈ ਨਾ ਅੱਲਾ ਦੀ ਨੇਕ ਬੰਦੀ ਇੱਕ ਬੰਦਾ ਹੈ ਤੇ ਇੱਕ ਉਹਦੇ ਕੋਲ ਕਸ਼ਤੀ ਇੱਕ ਬੰਦਾ ਤੇ ਇੱਕ ਕਸ਼ਤੀ ਹਾਂ ਜਿਵੇਂ ਤੂੰ ਤੇ ਮੈਂ ਹਾਂ ਓਏ ਇਨਸਾਨ ਇੱਕ ਬੰਦਾ ਤੇ ਇੱਕ ਕਸ਼ਤੀ ਦੋ ਕਰ ਓਏ ਕੀ ਹੈ ਕੀ ਯਾਰ ਮੈਂ ਯਾਰ ਇੱਕ ਯਾਰ ਇੱਕ ਛੱਡ ਸਲਾਹ ਤੇ ਤੌਰ ਤੇ ਇੱਕ ਹੈ ਕੀ ਉਹ ਦੋ ਕਰ ਲਓ ਦੋ ਹੀ ਨੇ ਹੈ ਇੱਕ ਯਾਰ ਓ ਯਾਰ ਇੱਕ ਅੰਦਰ ਹੈ ਉਸਨੇ ਇੱਕ ਬਣਾ ਕੇ ਤੇ ਕਸ਼ਤੀ ਅੰਦਰ ਵੀ ਇਨ ਕੇਸ ਆਫ ਇਮਰਜੈਂਸੀ ਕਿਤਾ ਲੋੜ ਭਾਈ ਉਹ ਭਾਈ ਉਹ ਕਾਕਾ ਜੀ ਇੱਕ ਗੱਲ ਸਾਡੀ ਪੱਲੇ ਬੱਲ ਹੈ ਜੀ ਜ਼ਿੰਦਗੀ ਚ ਕਸ਼ਤੀ ਔਰ ਕਸ਼ਤੀ ਦੀ ਗੱਲ ਦਾ ਯਕੀਨ ਨਾ ਕਰੋ ਵਾਹ ਭਾਈ ਵਾਹ ਇਹ ਅਕਵਾਲੇ ਸਰੀਰ ਤੇ ਅਸੀਂ ਕਦੀ ਸੁਣੇ ਪਹਿਲੀ ਬੋਝ ਇੱਕ ਬੰਦਾ ਇੱਕ ਉਹਦੇ ਕੋਲ ਕਸ਼ਤੀ ਤਿੰਨੋਂ ਦੇ ਕੋਲ ਚੀਜ਼ਾਂ ਜਿਹੜੀਆਂ ਉਹਨੇ ਦਰਿਆਵਾਂ ਪਾਰ ਲੈ ਜਾਣੀਆਂ ਨੇ 10 ਕਿਵੇਂ ਲੈ ਜਾਏਗਾ ਇੱਕ ਇੱਕ ਕਰਕੇ ਜਾਣੀ ਚਾਰਾ ਬੱਕਰੀ ਤੇ 6 ਇਹ ਤੇ ਆਇ ਦੱਸ ਸਕਦਾ ਆ ਪਿੰਡ ਦਾ ਰਹਿਣ ਵਾਲਾ ਨਾ ਪੁੱਛੇਗਾ ਹਾਂ ਵੀ ਤੂੰ ਉਹਦੇ ਸਿਰ ਤੇ ਟੋਕਰਾ ਰੱਖ ਮੈਂ ਦੱਸ ਦੇਣਾ ਇਹ ਇੱਕ ਸ਼ੇਰ ਇੱਕ ਬੱਕਰੀ ਇੱਕ ਚਾਰਾ ਤੇ ਕਸ਼ਤੀ ਤੇ ਇੱਕ ਬੰਦਾ ਵਾਰ-ਵਾਰ ਲੈ ਕੇ ਜਾਣਾ ਪਹਿਲੀ ਵਾਰੀ ਬੰਦਾ ਕਸ਼ਤੀ ਬੱਕਰੀ ਤੇ ਚਾਰਾ ਲੈ ਜਾਏ ਤੇ ਸ਼ੇਰ ਸ਼ੇਰ ਤੂੰ ਧਿਆਨ ਲਾ ਤੂੰ ਕਰ ਲਈ ਆਈ ਇੱਥੇ ਗੈਰਤਾ ਵੀ ਸ਼ੇਰ ਨੂੰ ਸਾਡੀ ਜਾਣਾ ਹਾਂ ਬਾਬੂ ਦਾ ਸ਼ੇਰ ਨੂੰ ਪੁੱਛੀ ਉਹ ਮੂੰਹ ਕਹਿ ਮੈਂ ਸ਼ੇਰ ਨਹੀਂ ਮੈਂ ਕੁੱਤਾ ਮੈਂ ਸ਼ੇਰ ਨਹੀਂ ਮੈਂ ਕੁੱਤਾ ਮੈਂ ਆਪਣੇ ਹੱਥੀ ਬੁੱਢੇ ਜਿਹਾ ਬੈਠਾ ਲੋ ਜੀ ਮੈਂ ਕਰਾਂ ਇਹ ਬਿਲਕੁਲ ਆਸਾਨ ਸਵਾਲ ਹੈ ਵੇਖੋ ਜੀ ਚਾਰਾ ਲੈ ਕੇ ਉਹ ਤੁਰੇ ਨਾ ਪਿੱਛੇ ਲਾਜ਼ਮੀ ਉਹਦੇ ਬੱਕਰੀ ਆਏਗੀ ਤੇ ਬੱਕਰੀ ਦੇ ਪਿੱਛੇ ਲਾਜ਼ਮੀ ਸ਼ੇਰ ਆਏਗਾ ਇਹ ਸਾਰੇ ਉੱਤੇ ਚਲੇ ਜਾਣ ਕਸ਼ਤੀ ਲਾਭ ਕਰ ਦੇ ਤੈਨੂੰ ਆਉਂਦਾ ਹੀ ਨਹੀਂ ਜਵਾਬ ਛੱਡਾ ਇਸ ਪਹਿਲੀ ਨੂੰ ਇੱਕ ਹੋਰ ਪਹਿਲੀ ਹੈ ਤਿੰਨ ਕੀੜੀਆਂ ਨੇ ਅੱਛਾ ਸਭ ਤੋਂ ਅਗਲੀ ਕੀੜੀ ਕਹਿੰਦੀ ਮੇਰੇ ਪਿੱਛੇ 2 ਕੀੜੀਆਂ ਨੇ ਸਭ ਤੋਂ ਪਿਛਲੀ ਕਹਿੰਦੀ ਮੇਰੇ ਅੱਗੇ 2 ਕੀੜੀਆਂ ਪਿਛਲੀ ਕਹਿੰਦੀ ਮੇਰੇ ਅੱਗੇ ਨਹੀਂ 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 ਇਹ ਸਵਾਲ ਹੀ ਗਲਤ ਹੈ ਇਹ ਸਵਾਲ ਇਸ ਤਰ੍ਹਾਂ ਹੈਗਾ ਵੀ ਇੱਕ ਕੀੜੀ ਹੈ ਉਹਦੇ ਇੱਥੇ ਵੀ 2 ਕੀੜੇ ਨੇ ਤੇ ਇੱਥੇ ਵੀ 2 ਕੀੜੇ ਤੇ ਉਹ ਜਿਹੜੇ ਚਾਰੋਂ ਕੀੜੇ ਨੇ ਨਾ ਉਸ ਕੀੜੀ ਦੇ ਨਾਲ ਕੀੜੀ ਕਾੜਾ ਖੇਡਣਾ ਚਾਹੁੰਦੇ ਹੁਣ ਕੀੜੀ ਦੱਸੇਗੀ ਕਿ ਕਿਹੜਾ ਕੀੜੇ ਉਹਦੇ ਕੰਮ ਦੇ ਨੇ ਸਭ ਤੋਂ ਪਹਿਲਾਂ ਕਿਹੜੇ ਘਰ ਦੀ ਅੱਗ ਐਂਬੂਲੈਂਸ ਤੇ ਅੱਗ ਬੁਝਾਉਂਦੀ ਨਹੀਂ ਹੋਏ ਪਹਿਲੇ ਕਰਦੀ ਜਦੋਂ ਤੇਰੀ ਐਂਬੂਲੈਂਸ ਅੱਗ ਬੁਝਾਉਂਦੀ ਨਹੀਂ ਤੇ ਭੇਜੀ ਕਿਉਂ ਹਾਥੀ ਦਰਿਆ ਚ ਡਿੱਗਿਆ ਤੇਰੇ ਘਰ ਚ ਵੀ ਨਹਾ ਕੇ ਨਿਕਲੇਗਾ
ਹਾਥੀ ਉਹਨਾਂ ਦੇ ਘਰ ਡਿੱਗਾ ਹੈ ਹਾਂ ਨਾ ਕੇ ਨਿਕਲੇ ਇੱਕ ਹੋਰ ਆਖਰੀ ਸਵਾਲ ਉਹਨਾਂ ਦੇ ਹਾਥੀ ਆਖਰੀ ਸਵਾਲ ਇੱਕ ਬਾਰ ਇੱਕ ਕੁੜੀ ਦਾ ਤੇ ਇੱਕ ਮੁੰਡੇ ਦਾ ਵਿਆਹ ਹੋਇਆ 3 ਮਹੀਨੇ ਬਾਅਦ ਉਹਨਾਂ ਦੇ ਘਰ ਬੱਚਾ ਹੋ ਗਿਆ ਦੱਸੋ ਕਿਵੇਂ ਹੋਈ ਨਹੀਂ ਸਕਦਾ ਇੱਕ ਕੁੜੀ ਦੇ ਤੇ ਮੁੰਡੇ ਦਾ ਵਿਆਹ ਹੋਇਆ 3 ਮਹੀਨੇ ਬਾਅਦ ਬੱਚਾ ਦੱਸੋ ਕਿਵੇਂ ਇੱਕ ਮਿਸਾਲ 13 ਤੇ ਐਂਡਾ ਵਿਆਹ ਹੋਇਆ ਉਹ ਤੇ ਹੋਈ ਨਾ 3 ਮਹੀਨੇ ਬਾਅਦ ਕੋਈ ਹੋਰ ਕੁੜੀ ਪਾਵੇ ਸਾਲੇ ਉਹਦਾ ਉਹ ਚੈਨਾ ਦੀ ਵਾਲਾ ਤੇ ਵੇ ਨਹੀਂ ਚਲੋ ਇੱਕ ਮਿਸਾਲ ਹੈ ਅੱਜ ਤੂੰ ਹੈ ਅੱਜ ਤੇਰੀ ਬੀਵੀ ਹੈ 3 ਮਹੀਨੇ ਤੇਰੀ ਸ਼ਾਦੀ ਨੂੰ ਹੋ ਗਏ ਹਾਂ 3 ਮਹੀਨੇ ਦੀ ਸ਼ਾਦੀ ਨੂੰ ਹੋ ਗਏ ਹਾਂ ਅੱਜ ਬੱਚਾ 3 ਮਹੀਨੇ ਦਾ ਹੋ ਗਿਆ 1 2 3 9 ਮਹੀਨੇ ਨਾ ਹੋ ਮੰਦੇ ਹੋ ਯਾਰ ਕੀ ਬਾਤ ਹੈ ਕੀ ਬਾਤ ਹੈ ਹਾਰ ਗਿਆ ਮੈਂ ਹਾਰ ਗਿਆ ਹਾਰ ਗਿਆ ਯਾਰ 9 ਮਹੀਨੇ ਕੋ ਪੂਰੇ ਕੀਤੇ ਨੇ ਬਈ ਹਾਂ ਮੇਰੀ ਗੱਲ ਸੁਣ ਹਾਂ ਮੈਂ ਤੇਰੇ ਨਾਲ ਕਰੀ ਸਾ ਮਜ਼ਾਕ ਮੈਨੂੰ ਇਹਨੇ ਕਿਹਾ ਸੀ ਮੈਂ ਤੈਨੂੰ ਝੂਠਾ ਚੱਕਰ ਦਿਆਂ ਮੈਂ ਤੇਰੇ ਨਾਲ ਕੋਈ ਪਿਆਰ ਨਹੀਂ ਕਰਦੀ ਇਹ ਕੀ ਕਰਨੇ ਬਈ ਹਾਂ ਨਹੀਂ ਮੈਂ ਨਹੀਂ ਚਾਹੁੰਦੀ ਮੈਂ ਤੈਨੂੰ ਮਜ਼ੀਦ ਚੱਕਰ ਦੇ ਤੁਹਾਨੂੰ ਲੋਕਾਂ ਨੂੰ ਸ਼ਰਮ ਨਹੀਂ ਆਉਂਦੀ ਲੋਕਾਂ ਦੇ ਦਿਲਾਂ ਨਾਲ ਖੇਡਦੇ ਹੋ ਬੇਸ਼ਰਮੋ ਪਹਿਲੇ ਆਪਣੇ ਘਰਾਂ 'ਚ ਬੁਲਾ ਕੇ ਮੁਲਾਜ਼ਮਾਂ ਦਾ ਕਰਾਉਂਦੇ ਆ ਉਸ ਤੋਂ ਬਾਅਦ ਉਹਨਾਂ ਦੇ ਦਿਲਾਂ ਨਾਲ ਖੇਡਦੇ ਹੋ ਕਹਿੰਦੇ ਮੈਂ ਤੇਰੇ ਨਾਲ ਪਿਆਰ ਕਰਨੇ ਦੇ ਬਾਅਦ ਕਹਿ ਦਿੰਦੇ ਹੋ ਅਸੀਂ ਮਜ਼ਾਕ ਕੀਤਾ ਤੁਹਾਡੀ ਨਜ਼ਰਾਂ ਦੇ ਵਿੱਚ ਦਿਲ ਦੀ ਕੋਈ ਅਹਿਮੀਅਤ ਨਹੀਂ ਸ਼ਰਮ ਕਰੋ ਤੁਹਾਡੇ ਵਰਗੇ ਇਨਸਾਨਾਂ ਦੇ ਕੋਲ ਤੇ ਕਬਰ ਵੀ ਨਹੀਂ ਹੋਣੀ ਚਾਹੀਦੀ ਐਡੇ ਬੇਵਫਾ ਲੋਕ ਹੋ ਤੁਸੀਂ ਉਹ ਬਸ ਕਰਦੇ ਹੋ ਅਸ਼ੋਕ ਕੁਮਾਰ ਦੇ ਮੁੰਡਿਆ ਐਡੀ ਤੂੰ ਵਿੱਚ ਸਿੰਪਤੀ ਪਾ ਲਈ ਕਿਹੜੀ ਸਿੰਪਤੀ ਤੇਰੇ ਮੋਬਾਈਲ 'ਚ ਪਾ ਦਿੱਤੀ ਮੈਂ ਉਹ ਜਾ ਤਾਂ ਫੌਜ ਪਰ ਚਾਇਲ ਨਾ ਹੋ ਸ਼ਰਮ ਆਇਆ ਵੀ ਤੇਰਾ ਮਜ਼ਾਕ ਕੀਤਾ ਤੂੰ ਪੱਕੇ ਹੋ ਮਜ਼ਾਕ ਕਰਦੇ ਨੇ ਮੈਂ ਜੇ ਤੇਰੀ ਜ਼ਿੰਦਗੀ 'ਚ ਮੈਂ ਨਹੀਂ ਨਾ ਆ ਸਕਿਆ ਤੇ ਯਕੀਨ ਕਰ ਲੁੱਡੋ ਦਾ ਸੱਪ ਵੀ ਨਹੀਂ ਲੈਣਾ ਦੌੜ ਫੇਰ ਵੀ ਸੈਕਿੰਡ ਆਇਆ ਸੀ ਆ ਚੱਲੀਏ ਮੇਰਾ ਦੋਸਤਾ ਮੈਨੂੰ ਵੀ ਯਾਰ ਨਾਲ ਪਿੰਡ ਹੀ ਲਈ ਚੱਲ ਇੱਥੇ ਆਪਣੇ ਘਰ ਰਹੋ ਨਹੀਂ ਯਾਰ ਕਿਉਂ ਬੜਾ ਸਲੀਲ ਹੋ ਗਿਆ ਇੱਥੇ ਰਹਿ ਕੇ ਤਲਾਕ ਤਲਾਕ ਦੇ 3 ਲਫ਼ਜ਼ ਇਹ ਸਿਰਫ ਲਫ਼ਜ਼ ਨਹੀਂ ਇਹ ਖੁਦਾ ਦਾ ਕਹਿਰ ਇਹ ਕਹਿਰ ਉਸ ਕਹਿਣ ਵਾਲੇ ਤੇ ਵੀ ਡਿੱਗਦਾ ਜਿਹੜਾ ਤਲਾਕ ਕਹਿ ਦੇਵੇ ਤੇ ਪੂਰੇ ਖਾਨਦਾਨ ਤੇ ਵੀ ਡਿੱਗਦਾ ਇਸ ਕਹਿਰ ਦੀ ਸੱਚ ਬਹਿ ਆ ਗਿਆ ਯਾਰ ਖੁਦਾ ਦੇ ਵਾਸਤੇ ਮੈਨੂੰ ਪਿੰਡ ਹੀ ਲੈ ਚੱਲ ਤੇ ਚੱਲਿਆ ਗੱਲ ਕਰਨ ਤੋਂ ਪਹਿਲੇ ਸੋਚ ਲਈ ਦੀ ਹੁੰਦੀ ਹੈ ਸਿਆਣੇ ਐਵੇਂ ਨਹੀਂ ਕਹਿੰਦੇ ਕਿ ਪਹਿਲੇ ਸੋਚੋ ਫਿਰ ਬੋਲੋ ਬਾਅਦ ਵਿੱਚ ਸੋਚਣ ਦਾ ਕੀ ਫਾਇਦਾ ਜਦੋਂ ਸਿਰ ਤੋਂ ਪਾਣੀ ਲੰਘ ਜਾਏ ਚੱਲ ਓ ਯਾਰ ਬਾਹਰ ਬੈ ਕੇ ਜਨਾਨੀ ਨਹੀਂ ਰਹੀ ਤੇ ਮੇਰੀ ਵੀ ਜਨਾਨੀ ਨਹੀਂ ਬਣੀ ਲੈਣਾ ਪਿੰਡ ਚੱਲ ਮੇਰੇ ਕੱਟੇ ਦੀ ਥਾਂ ਤੂੰ ਲੈ ਜਾ ਫਾਲੋ ਮੀ ਚੱਲ ਯਾਰ ਮੇਰੇ ਕੋ ਬੁੱਢੀ ਨਹੀਂ ਰਹੀ ਹੁਣ ਤੂੰ ਹੀ ਮੇਰਾ ਆਸਰਾ ਦੁੱਧ ਸ਼ੁੱਧ ਪੀ ਕਿਸੇ ਦੂਜਾ ਨੂੰ ਯਾਰ ਬਣਾ ਪਤਾ ਲੱਗੇ ਤੇਰੀ ਕੋਈ ਸਿਹਤ ਬਣੇ ਸਿਆਣੇ ਸੱਚ ਆਖਿਆ ਕਿ ਜ਼ਿੰਦਗੀ ਦੇ ਵਿੱਚ ਇੱਕ ਗੁੱਜਰ ਯਾਰ ਜ਼ਰੂਰ ਹੋਣਾ ਚਾਹੀਦਾ ਖੁਦਾ ਦੀ ਕਸਮ ਆ ਗੁੱਜਰ ਜਿਹੜੀ ਕੌਮ ਹੈ ਨਾ ਹਰ ਬੰਦੇ ਨੂੰ ਉਹਨਾਂ ਦਾ ਸ਼ੁਕਰ ਅਦਾ ਕਰਨਾ ਚਾਹੀਦਾ ਆ ਦੁਨੀਆ ਤੇ ਗੁੱਜਰ ਨਾ ਹੁੰਦੇ ਤੇ ਮੱਝਾਂ ਇਨਸਾਨਾਂ ਨੂੰ ਚੋਣੀਆਂ ਪੈਣੀਆਂ